ਗੁਰਪ੍ਰਤਾਸ ਸਿੰਘ ਵੀਰ ਜੀ ਕਿਹੜਾ ਪਿੰਡ ਹੈ ਜੀ ਮਹਰਾਣਾ ਵੀਰ ਜੀ ਪਿੰਡ ਆ ਫਸਲ ਕਿਦਾਂ ਖਰਾਬ ਹੈ ਫਸਲ ਵੀਰ ਜੀ ਗੱਲ ਪਿਛਲੇ ਸਾਲ ਜੀ ਅੱਧੀ ਕਣਕ ਵਾਹਤੀ ਹੈ ਨਾ ਕਿੰਨਾ ਨੇ ਬਾਈ ਸਾਡੇ ਆਪ ਦੇ ਬੰਦੇ ਆ ਜੀ ਇੱਥੇ ਮਹਰਾਣੇ ਸਾਡੇ ਪਰਿਵਾਰ ਚੋਂ ਹੀ ਆ ਅੱਛਾ ਜੀ ਹਾਂ ਜੀ ਤੇ ਅਧਿਕਾਰਨ ਨੂੰ ਕੋਈ ਇਤਲਾ ਹਾਂ ਜੀ ਥਾਣੇ ਇਤਲਾ ਦਿੱਤੀ ਹੈ ਜੀ ਅੱਛਾ ਜੀ ਤੇ ਫਿਰ ਆ ਜੀ ਹੁਣਾਂ ਹੀ ਝੋਨਾ ਲਾਇਆ ਸੀ ਝੋਨੇ ਨੂੰ ਸਪਰੇਅ ਮਾਰਤੀ ਹੈ ਨਾ ਅੱਛਾ ਉਦੋਂ ਦੱਸਿਆ ਨਹੀਂ ਕੋਈ ਪ੍ਰਸ਼ਾਸਨ ਨੂੰ ਇਤਲਾ ਨਹੀਂ ਕੀਤੀ ਨਹੀਂ ਜੀ ਅਸੀਂ ਫਿਰ ਇਹ ਦੁਬਾਰੇ ਲਾਤੀ ਬਾਸਬਦੀ ਅੱਛਾ ਵੀ ਹਟ ਜਾਣਗੇ ਤੰਗ ਕਰਨੋਂ ਅੱਛਾ ਸਾਡੀ 50 50 ਸਾਲਾਂ ਦੀ ਵਾਂਡ ਆਏ ਆ ਆਪਦੇ ਘਰੇ ਜਿ ਪਹਿਲੀ ਵਾਉਂਦੇ ਅਸੀਂ ਆਪਦੇ ਚ ਵਾਉਣੇ ਆ ਵੀਰ ਜੀ ਸਿਰ ਕਿਦਨ ਖਰਾਬ ਹੋਇਆ ਹੁਣ ਆ ਫਸਲਾਂ ਇਹ ਨਾ ਜੀ ਦੋ ਤਿੰਨ ਦਿਨਾਂ ਤੋਂ ਸਪਰੇਅ ਮਾਰੀ ਆਵੇ ਫੇਰ ਬਾਸਪਦੀ ਨੂੰ ਅੱਛਾ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਜੀ ਪ੍ਰਸ਼ਾਸਨ ਕਾਰਵਾਈ ਕਰੇ ਆਪਣੀ ਪੂਰੀ ਕਾਰਵਾਈ ਕਰੇ ਜੋ ਇਹਨਾਂ ਨੂੰ ਸਜ਼ਾ ਬੰਦੀ ਆ ਉਹ ਮਿਲਣੀ ਚਾਹੀਦੀ ਆ ਜੀ ਮੇਰਾ ਨੁਕਸਾਨ ਵੇਖੋ ਕਿੰਨਾ ਹੋਇਆ ਇਹਨਾਂ ਨੁਕਸਾਨ ਕਰਤਾ ਤਰਨਾਵੜ ਬੰਦੇ ਆ ਜੀ ਵੀਰ ਜੀ ਪ੍ਰਸ਼ਾਸਨ ਨੂੰ ਚਾਹੀਦਾ ਪਿਆ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਦੋ ਤਿੰਨ ਫਸਲਾਂ ਪਹਿਲਾਂ ਵੀ ਉਹਨਾਂ ਖਰਾਬ ਕਰ ਦਿੱਤੀਆਂ ਨੇ ਤੇ ਹੁਣ ਫੇਰ ਵੇਖੋ ਬਾਸਬਤੀ ਫੇਰ ਖਰਾਬ ਕਰਤੀ ਹੈ ਅਸੀਂ ਇਹੀ ਕਹਿੰਨੇ ਆ ਕਿ ਬੰਦ ਹੀ ਕਾਰਵਾਈ ਉਹਨਾਂ ਤੇ ਕੀਤੀ ਜਾ